ਪੀਡੀਪੀ ਨੂੰ ਤੋੜਨਾ ਦਿੱਲੀ ਲਈ ਪਏਗਾ ਮਹਿੰਗਾ। ਮਹਿਬੂਬਾ ਮੁਫਤੀ। ਜੋ ਵੀ ਯਹਾਂ ਜੋ ਲੋਕ ਹੈ, ਜੋ ਲੀਡਰਸ ਹੈ, ਸਬਕੋ ਯਹਾਂ ਜੋ ਹੈ ਇਨਕੋ ਆ ਕੇ ਖਰਾਜ ਅਕੀਦਤ ਪੇਸ਼ ਕਰਨਾ ਚਾਹੀਏ, ਕਿਉਂਕਿ ਜੰਮੂ ਕਸ਼ਮੀਰ ਮੇਂ ਅਵਾਮੀ ਨਿਜ਼ਾਮ ਕੋ ਕਾਇਮ ਕਰਨੇ ਕੇ ਲੀਏ ਇਨਹੋਨੇ ਅੰਤਹਾ ਕੁਰਬਾਨੀਆਂ ਦੀ ਹੈਂ। ਇਨਹੋਨੇ ਹਮੇਂ ਇਸ ਵਕਤ ਜੋ ਹਮਾਰੇ ਹਕੂਕ ਹੈ, ਜੋ ਯਹਾਂ ਅਵਾਮ ਇਹ ਰਾਜ ਕੀ ਬਾਲਾਦਸਤੀ ਹੈ, ਵੋ ਇਨਹੀਂ ਸ਼ਹੀਦੋਂ ਕੀ ਬਦੌਲਤ ਹੈ ਔਰ ਸਬਕੋ ਇਨਹੇ ਸਲਾਮ ਕਰਨਾ। ਜੋ ਹਰ ਜਮਾਤ ਮੇਂ ਇਖਤਲਾਫਾਤ ਹੋਤੇ ਹੈ, ਆਪਸ ਮੇਂ ਘਰ ਮੇਂ ਵੀ ਇਖਤਲਾਫ ਹੋਤੇ ਹੈ, ਜਿਨਕੋ ਠੀਕ ਕੀਆ ਜਾ ਸਕਤਾ ਹੈ, ਮਗਰ ਅਗਰ ਦਿੱਲੀ ਨੇ 27 ਕੀ ਤਰ੍ਹਾਂ ਜਿਸ ਤਰ੍ਹਾਂ 87 ਮੇਂ ਉਨ੍ਹੋਂਨੇ ਯਹਾਂ ਕੇ ਅਵਾਮ ਕੇ ਹਕੂਕ ਪੇ ਵੋਟ ਪੇ ਡਾਕਾ ਡਾਲਾ, ਅਗਰ ਇਸ ਕਿਸਮ ਕੀ ਕੋਈ ਤੋੜ ਫੋੜ ਕੀ ਕੋਸ਼ਿਸ਼ ਕੀ ਗਈ ਤੋ ਮੈਂ ਸਮਝਤੀ ਹੂੰ ਜਿਸ ਤਰ੍ਹਾਂ 87 ਮੇਂ ਏਕ ਸਲਾਹਉਦੀਨ ਏਕ ਯਾਸੀਨ ਮਲਿਕ ਨੇ ਜਨਮ ਲਿਆ, ਅਗਰ ਆਜ ਉਨ੍ਹੋਂਨੇ ਕਿਸੀ ਕਿਸਮ ਕੀ ਦਿੱਲੀ ਕੇ ਬਗੈਰ ਕੋਈ ਤੋੜ ਫੋੜ ਨਹੀਂ ਹੋ ਸਕਤੀ ਹੈ। ਮੇਰੀ ਜਮਾਤ ਜੋ ਹੈ ਵੋ ਮੁਸਤਕਮ ਹੈ, ਘਰੋਂ ਮੇਂ ਪ੍ਰੋਬਲਮਸ ਹੋਤੀ ਹੈ ਉਸਕੋ ਸੁਲਝਾਇਆ ਜਾ ਸਕਤਾ ਹੈ, ਮਗਰ ਅਗਰ ਕਿਸੀ ਤਰ੍ਹਾਂ ਸੇ ਦਿੱਲੀ ਨੇ ਇਸ ਮੇਂ ਮੁਦਾਖਲਤ ਕੀ ਤੋ ਮੈਂ ਸਮਝਤੀ ਹੂੰ ਕਿ ਜੋ 87 ਕੇ ਮੈਂ ਜਿਸ ਤਰ੍ਹਾਂ ਯਹਾਂ ਕੇ ਲੋਕੋ ਕੇ ਵੋਟ ਪੇ ਡਾਕਾ ਡਾਲਾ ਗਿਆ ਥਾ, ਜਿਸ ਤਰ੍ਹਾਂ ਯਹਾਂ ਸੇ ਮਫ ਕੋ ਕ੍ਰਸ਼ ਕੀਆ ਗਿਆ ਥਾ, ਅਗਰ ਇਸ ਤਰ੍ਹਾਂ ਕੀ ਕੋਈ ਕੋਸ਼ਿਸ਼ ਦਿੱਲੀ ਵਾਲੋ ਨੇ ਪੀਡੀਪੀ ਕੋ ਤੋੜਨੇ ਕੀ ਕੋਸ਼ਿਸ਼ ਕੀ ਤੋ ਉਸਕੇ ਨਤਾਇਜ ਬਹੁਤ ਹੀ ਜ਼ਿਆਦਾ ਖਤਰਨਾਕ ਹੋਗੇ।